ਪਰ ਮੈਂ ਜਿੰਨਾ ਕਰਦਾ ਨਹੀਂ ਮੈਨੂੰ ਇਦਾਂ ਹੁੰਦਾ ਜਿ ਕੋਈ ਫਜ਼ਾ ਨਹੀਂ ਕਿਸੇ ਇਕੱਲੇ ਸੁਣਨਾ ਨਾ ਔਰ ਕਿਹਨੇ ਸੁਣਨਾ ਨਹੀਂ ਹੈਗਾ ਪਰ ਆਮ ਸੌਰੀ ਤੇ ਮੈਂ ਉਹ ਬੰਦੇ ਨੂੰ ਫੋਨ ਲਾਇਆ ਮੈਂ ਕਿਹਾ ਵੀਰੇ ਮੈਨੂੰ ਪੈਸੇ ਦੀ ਲੋੜ ਆ ਪੈਸੇ ਵੀ ਕਿੰਨੇ ਦੀ ਲੋੜ ਸੀ ਮੈਨੂੰ 300 ਡਾਲਰ ਚਾਹੀਦਾ ਸੀ ਉਹ ਟਾਈਮ ਤੇ ਜਸ ਇੱਕ ਗਾਣਾ ਹੁਣ ਮੈਂ ਨਾਮ ਤਾਂ ਨਹੀਂ ਲਊਂਗਾ ਕਿਸੇ ਦਾ ਪਰ ਇੱਕ ਗਾਣਾ ਹੋਰ ਦਿੱਤਾ ਮੈਂ ਹਨਾ ਉਹਦੇ ਨਾਲ ਉਹ ਬੰਦੇ ਦਾ ਵਧੀਆ ਚੱਲ ਗਿਆ ਇਟਸ ਅ ਗੁੱਡ Song ਤੇ ਮੈਂ ਉਹ ਬੰਦੇ ਨੂੰ ਫੋਨ ਲਾਇਆ ਮੈਂ ਕਿਹਾ ਵੀਰੇ ਮੈਨੂੰ ਪੈਸੇ ਦੀ ਲੋੜ ਆ ਪੈਸੇ ਵੀ ਕਿੰਨੇ ਦੀ ਲੋੜ ਸੀ ਮੈਨੂੰ 300 ਡਾਲਰ ਚਾਹੀਦਾ ਸੀ ਉਹ ਟਾਈਮ ਤੇ ਜਸ ਬਿਕਿਜ਼ ਮੈਂ ਟਿਕਟ ਲਉਣੀ ਸੀਗੀ ਮੇਰੇ ਕੋਲ 300 ਸੀਗਾ 600 ਦੀ ਟਿਕਟ ਆਉਣੀ ਹੁੰਦੀ ਸੀਗੀ ਉਹ ਤੇ ਮੈਂ ਲਾ ਕੇ ਜਾਣਾ ਸੀ ਟ੍ਰਾਂਟੋ ਆਪਣੇ ਗਾਣੇ ਰਿਕਾਰਡ ਕਰਨ ਉਹ ਕਹਿੰਦਾ ਬਾਈ ਮੇਰੇ ਕੋਲ ਹੈ ਨਹੀਂਗਾ ਤੇ ਮੈਂ ਰੋਜ਼ ਉਹਦੀ ਸਨੈਪਚਾਟ ਤੇ ਜਾਂ ਸੋਸ਼ਲ ਮੀਡੀਆ ਦੇਖਦਾ ਹੁੰਦਾ ਸੀ ਸ਼ੋ ਸ਼ੂ ਲਾਉਂਦਾ ਪ੍ਰੋਪਰ ਉਹੀ ਗਾਣੇ ਦੇ ਪਿੱਛੇ ਉਹਨੂੰ ਕੂਕ ਪੈਂਦੀ ਹੁੰਦੀ ਸੀ ਤੇ ਮੈਨੂੰ ਮੈਨੂੰ ਸੱਚੀ ਬਹੁਤ ਦੁੱਖ ਆ ਮੈਂ ਕਿਹਾ ਵੀ ਕੋਈ ਨਹੀਂ ਮੈਨੂੰ ਜਾਣਦਾ ਮੈਨੂੰ ਤੈਨੂੰ ਪਤਾ ਲੱਗੇ ਸੀ ਮੈਨੂੰ ਕੋਈ ਨਹੀਂ ਜਾਣਦਾ ਤੇ ਮੈਨੂੰ ਸ਼ੁਰੂ ਤੋਂ ਹੀ ਸੀਗਾ ਵੀ ਸਾਰੇ ਜਾਣਣ ਮੈਨੂੰ ਹਨਾ ਕਿਉਂਕਿ ਮੇਰਾ ਸੁਪਨਾ ਹੀ ਸੀਗਾ ਵੀ ਮੈਨੂੰ ਜਾਣਣ ਤੇ ਕਹਣ ਤੇ ਪੱਗਾ ਮੇਰੇ ਡੈਡੀ ਦਾ ਨਾਮ ਆ। ਹਾਂਜੀ। ਤੇ ਉਦੋਂ ਮੈਨੂੰ ਬਹੁਤ ਦਿਲ ਤੇ ਲੱਗਿਆ ਫਿਰ ਮੈਂ ਕਿਹਾ ਵੀ ਮਨਾ ਛੱਡ ਯਾਰ ਆਪ ਹੀ ਕਾ ਕਰਨਾ। ਗਾਣਾ ਮੈਨੂੰ ਮਾੜਾ ਮੋਟਾ ਹੁੰਦਾ ਸੀਗਾ ਤੇ ਫਿਰ ਨਾਲ ਦੇ ਨੇ ਆਪਣੀ ਹੌਸਲਾ ਵਜਾਈ ਕੀਤੀ ਵਧੀਆ ਕਹਿੰਦੇ ਤੈਨੂੰ ਗਾਣਾ ਆਉਂਦਾ ਆਪ ਕਾ ਕਰ। ਕਿਉਂਕਿ ਜਿੰਨਾਂ ਨੂੰ ਮੈਂ ਬਾਹਰ ਦਿੰਦਾ ਸੀ ਗਾਣਾ ਉਹਨਾਂ ਨੂੰ ਵਧੀਆ ਕਾ ਲੰਦਾ ਸੀ। ਫਿਰ ਮੈਂ ਇੱਕ ਕੀਤਾ ਗਾਣਾ ਇੱਥੇ ਵੀਡੀਓ ਉਹਦੀ ਕੀਤੀ ਉਹ ਵੀ ਨਹੀਂ ਬਾਲਾ ਚੱਲਿਆ। ਇਹਦਾ ਵੈਕਟ ਬੈਕ ਕਰਦਾ ਰਿਹਾ ਕਰਦਾ ਰਿਹਾ ਹੋਏ ਕਿਤੇ ਨਾ ਕਿਤੇ ਆ ਗਿਆ ਰੱਬ ਨੇ। ਬਾਹ ਜਿਹੜੀ ਫੜ ਲਈ। ਮਨ ਨੂੰ ਸਕੂਨ ਐ ਸੈਟੀਸਫੈਕਸ਼ਨ ਆ ਮੈਨੂੰ ਆਈ ਜਾਂਦੀ ਉਹ ਮ ਮੈਂ ਉਹਨੂੰ ਦਿਖਾਉਣ ਜੋਗਾ ਹੁੰਦਾ ਐ ਏਟਲੀਸਟ ਵੀ ਮੈਂ ਕੁਝ ਕਰ ਗਿਆ ਹਨਾ ਜ ਜਦੋਂ ਕਿਤੇ ਸਟੇਜ ਤੇ ਜਾਂਦਾ ਨਾ ਬਾਕੀ ਆਰਟਿਸਟਾਂ ਦੇ ਮੰਮੀ ਡਿੜੀ ਜਾਂਦੇ ਆ ਵੀ ਆਹ ਮੇਰਾ ਬਾਪੂ ਖੜਾ ਪਿੱਛੇ ਆ ਖੜਾ ਨਾ ਮੈਨੂੰ ਵੀ ਦੇਖ ਕੇ ਹੁੰਦਾ ਵੀ ਯਾਰ ਕਾਸ਼ ਮੇਰਾ ਵੀ ਹੁੰਦਾ ਪਰ ਕੋਈ ਚੱਕਰ ਨਹੀਂ ਮੈਨੂੰ ਇਹ ਹੀ ਆ ਵੀ ਲੋਕ ਜੱਜ ਬਹੁਤ ਸ਼ੇਦੀ ਕਰ ਦਿੰਦੇ ਤੁਹਾਨੂੰ ਬਿਨਾ ਜਾਣੇ ਵੀ ਇਹ ਬੰਦਾ ਫੁਕਰਾ ਜਾਂ ਕੁਝ ਵੀ ਆ ਹਨਾ ਪਰ ਇਦਾਂ ਇਦਾਂ ਕਰਨਾ ਨਹੀਂ ਚਾਹੀਦਾ ਕਿਉਂਕਿ ਤੁਹਾਨੂੰ ਉਹਦੀ ਬੰਦੇ ਦੀ ਸਟੋਰੀ ਨਹੀਂ ਪਤਾ ਜਸ ਬਿਕਰ ਉਹ ਦੱਸ ਨਹੀਂ ਰਿਹਾ ਤੁਹਾਨੂੰ ਆ ਕੇ ਆਪਣਾ ਸਰੀਆਮ ਖਾਣਾ ਗੇਰੀng ਮੋਸ਼ਨ ਪਰ ਵੀ ਜੇ ਹੁਣ ਮੈਂ ਇੰਸਟਾਗ੍ਰam ਲਾਈਵ ਹੋ ਕੇ ਮ ਬੀਵੀ ਆ ਮੈਂ ਤਾਂ ਬਹੁਤ ਚੰਗਾ ਇਨਸਾਨ ਆਂ ਜਾਂ ਕੁਛ ਵੀ ਨਹੀਂ ਪਰ ਮੈਂ ਜਿੰਨਾ ਕਰਦਾ ਨਹੀਂ ਮੈਨੂੰ ਇਦਾਂ ਹੁੰਦਾ ਵੀ ਕੋਈ ਫਾਇਦਾ ਨਹੀਂ ਕਿਸੇ ਨੇ ਇੱਕ ਦਿਨ ਸੁਣਨਾ ਨਾ ਮੁੜ ਕੇ ਕਿਸੇ ਨੇ ਸੁਣਨਾ ਨਹੀਂ ਹੈਗਾ ਪਰ ਆਮ ਸੌਰੀ ਕਦੇ ਹੁੰਦਾ ਨਹੀਂ ਪਰ ਥੋੜਾ ਬਹੁਤਾ ਹੋ ਜਾਂਦਾ ਨਾ ਪਰ ਇਹ ਆ ਡੋਨੋ ਪਤਾਰੀ ਵਧੀਆ ਸਾਰਾ ਕੁਝ ਸਹੀ ਹੈ ਚੱਲ ਜਾਂਦਾ ਗੁਰਤੀ ਕਿੱਥੋਂ ਮਿਲੀ ਹੈ ਲਿਖਣ ਦੀ ਗੁਰਤੀ ਗਾਇਕੀ ਦੀ ਗੁਰਤੀ ਕਿੱਥੋਂ ਮਿਲੀ ਹੈ ਮੈਨੂੰ ਬਾਅਦ ਚ ਪਤਾ ਲੱਗਿਆ ਸੀਗਾ ਮੇਰੀ ਸਿਸਟਰ ਤੋਂ ਵੀ ਮਰੇ